ਚਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 3 ਤਰੀਕ ਦੇ ਇਕੱਠ ਬਾਰੇ ਜੋ ਭਗਵੰਤ ਮਾਨ ਦੀ ਰਿਹਾਇਸ਼ ਦੇ ਅੱਗੇ ਸੰਗਰੂਰ ਚ ਹੋਣਾ ਤੇ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ, ਕਾਫੀ ਗੱਲਾਂ ਬਾਤਾਂ ਨੇ, ਮੇਰਾ ਇਧਰ ਸਾਰੇ ਧਿਆਨ ਨਾਲ ਸੁਣ ਲਿਓ, ਕਿਉਂਕਿ ਬੜੀਆਂ ਤਕੜਮਬਾਜ਼ੀਆਂ ਖੇਡ ਰਹੀ ਹੈ ਸਰਕਾਰ, ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਅੱਜ ਸਮਰਜੀਤ ਸਿੰਘ ਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ, ਐਮ ਪੀ ਦਾ ਲੋਕਾਂ ਦਾ ਚੁਣਿਆ ਹੋਇਆ ਐਮ ਪੀ ਆ, ਉਹਨੂੰ ਕਿਵੇਂ ਘਰੇ ਨਜ਼ਰਬੰਦ ਕਰ ਲਿਆ, ਘੇਰ ਲਿਆ। 3 ਤਰੀਕ ਦੇ ਇਕੱਠ ਨੂੰ ਕਿਸੇ ਤਰੀਕੇ ਨਾਲ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜ਼ੋਰ ਲੱਗਿਆ ਡੀ ਚੋਟੀ ਦਾ, ਪਰ ਲੋਕ ਪੰਜਾਬ ਦੇ ਪੱਬਾਂ ਭਾ ਦਾ, ਕੋਈ ਕਹਿੰਦਾ ਬਾਈ ਬੱਸਾਂ ਲੈ ਕੇ ਆ ਰਹੇ ਹੈ, ਕੋਈ ਕਹਿੰਦਾ ਬਾਈ ਵੈਨਾਂ ਲੈ ਕੇ ਆ ਰਹੇ ਹੈ। ਸਿੱਖ ਦਾ ਮੇਰਾ ਵੀ ਗੱਲ ਧਿਆਨ ਨਾਲ ਸੁਣ ਲਿਓ। ਸਭ ਤੋਂ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰਨਾ ਨੀ ਜਮੀ, ਇਹ ਪੂਰਾ ਦਹਿਸ਼ਤ ਦਾ ਮਾਹੌਲ ਬਣਾ ਰਹੇ ਹੈ। ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ, ਕਹਿੰਦੇ ਬਾਈ ਸਾਨੂੰ ਮੁਨਸ਼ੀ ਦਾ ਫੋਨ ਆਇਆ, ਕੋਈ ਕਹਿੰਦਾ ਸੱਚੋ ਦਾ ਫੋਨ ਆਇਆ, ਉੱਥੇ ਨੀ ਜਾਣਾ, ਐ ਕਰ ਦਿਆਂਗੇ, ਉਹ ਕਰ ਦਿਆਂਗੇ, ਡਾਂਗਾਂ ਪੈਣਗੀਆਂ। ਕੋਈ ਗੱਲ ਨੀ, ਕਰ ਲਿਓ ਚਾ ਪੂਰੇ ਡਾਂਗਾਂ ਮਾਰਨ ਵਾਲੇ ਦੀ, ਲਾ ਲਓ ਰੀਝ, ਜਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ, ਆਵਾਂਗੇ। ਹੁਣ ਪਿੱਛੇ ਹਟਣ ਵਾਲੀ ਗੱਲ ਨੀ ਰਹੇਗੀ, ਕਿਉਂਕਿ ਇਹ ਮਸਲਾ ਡਰ ਰਹੇ ਹੋ ਕਿਸੇ ਨੂੰ ਅੱਤਵਾਦੀ ਕਹਿ ਕੇ ਮਾਰ ਦਿਓਗੇ, ਜਿਹੜੇ ਕਿਸੇ ਅੱਡੋ ਅੱਡੀ ਤਰੀਕੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਆਵਾਜ਼ਾਂ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ, ਕੋਈ ਪਰਵਾਹ ਨੀ ਕਰਨੀ, ਜੇ ਕੋਈ ਐਸ ਐਚ ਓ, ਕੋਈ ਡੀ ਐਸ ਪੀ, ਕੋਈ ਮੁਨਸੀ, ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ, ਉਹਦੀ ਰਿਕਾਰਡਿੰਗ ਕਰ ਲਓ, ਰਿਕਾਰਡਿੰਗ ਕਰਕੇ ਵਾਇਰਲ ਕਰੋ ਵੀ ਫਲਾਣੇ ਥਾਣੇ ਦਾ ਐਸ ਐਚ ਓ ਭਾਈ ਸਾਨੂੰ ਫੋਨ ਕਰਦਾ, ਡੀ ਐਸ ਪੀ ਫੋਨ ਕਰਦਾ, ਕੋਈ ਮੁਨਸੀ ਫੋਨ ਕਰਦਾ, ਤੁਹਾਡੇ ਘਰਾਂ ਚ ਆਉਂਦੇ ਦੀ ਵੀਡੀਓ ਬਣਾ ਕੇ ਵਾਇਰਲ ਕਰੋ। ਇਹਨਾਂ ਦੇ ਜਬਰ ਦਾ ਜੋ ਤਾਨਾਸ਼ਾਹ ਰਵੱਈਆ ਬਣਾਇਆ ਹੋਇਆ ਇਹਨਾਂ ਨੇ, ਉਹਦਾ ਵੀ ਲੋਕਾਂ ਨੂੰ ਪਤਾ ਲੱਗੇ, ਇਹ ਸਾਹਮਣੇ ਲੱਗੇ ਹੁਣ ਵੀ ਕਿਵੇਂ ਇਹ ਜਬਰ ਦੇ ਨਾਲ ਡੰਡੇ ਦੇ ਜ਼ੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ, ਕਿਸੇ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਨਾ, ਜਿਹੜਾ ਡਰੋ ਨਾ, ਡਰ ਕੇ ਅੱਜ ਘਰਾਂ ਚ ਬੈਠ ਕੇ ਬੇੜਾ ਡਰਨ ਦਾ ਨੀ, ਦਹਿਸ਼ਤ ਪਾਉਣਗੇ ਪੂਰਾ ਮਾਹੌਲ, ਜਿਵੇਂ ਉਦੋਂ ਡਿਬਰੂਗੜ੍ਹ ਵੇਲੇ ਬਣਾਇਆ ਸੀਗਾ, ਟੀਮਾਂ ਮੰਗਾ ਲਈਆਂ ਬਾਹਰੋਂ, ਸੈਂਟਰ ਤੋਂ ਮੰਗਾ ਲਈਆਂ ਫੋਰਸਾਂ, ਨੈਟ ਬੰਦ ਕਰਤੇ ਜੀ, ਹੁਣ ਵੀ ਇਹ ਪੂਰਾ ਵਰਤਾਂਤ ਆਏ ਸਿਰਜਣਗੇ ਮੀਡੀਆ ਰਾਹੀਂ, ਦੇਖੋ ਜੀ ਸੌਣੀ ਚ ਤਬਦੀਲ ਕਰਤਾ ਸੰਗਰੂਰ ਜੀ, ਸਾਰੇ ਪੰਜਾਬ ਦੀ ਪੁਲਿਸ ਲਿਆ ਜੀ, ਕੋਈ ਗੱਲ ਨੀ, ਪੰਜਾਬ ਦੀ ਛੱਡੋ, ਚਾਹੇ ਯਾਰ ਇਹ ਸੈਂਟਰ ਦੀਆਂ ਸਾਰੀਆਂ ਫੋਰਸਾਂ ਲਿਆ ਕੇ ਇੱਥੇ ਲਾ ਲੇ, ਪਰ ਮੈਂ ਇੱਕ ਗੱਲ ਕਹਿਣਾ ਕਿ ਇਹ ਜਬਰ ਦੇ ਖਿਲਾਫ਼ ਲੜਾਈ ਹੈ, ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ, ਸਾਡੇ ਰਹਿਬਰਾਂ ਦਾ, ਯੋਧਿਆਂ ਦਾ ਇੱਕ ਸਿਧਾਂਤ ਰਿਹਾ, ਉਹਨਾਂ ਦਾ ਕਹਿਣਾ ਰਿਹਾ ਜਬਰ ਦੇ ਖਿਲਾਫ਼ ਈਨ ਨੀ ਮੰਨਣ, ਜ਼ੁਲਮ ਦੇ ਖਿਲਾਫ਼ ਡਟ ਕੇ ਟੱਕਰਾ ਕਰਨਾ। ਸਭ ਤੋਂ ਵੱਡੀਆਂ ਉਦਾਹਰਨਾਂ ਸਾਡੇ ਕੋਲ ਸਾਡੇ ਗੁਰੂਆਂ ਦੀਆਂ, ਜਬਰ ਦਾ ਸਬਰ ਨਾਲ ਮੁਕਾਬਲਾ ਕਿਵੇਂ ਕੀਤਾ, 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਸੀ। ਕੋਈ ਗੱਲ ਨੀ ਭਗਵੰਤ, ਜੇ ਤੇਰੇ ਹਲੇ ਮਨ ਚ ਕੋਈ ਹੈਗਾ ਵੀ ਹੋਰ ਮੈਂ ਲੋਕਾਂ ਨੂੰ ਕੁੱਟਮਾਰ ਕਰਨੀ ਹੈ, ਹਲੇ ਤੇਰਾ ਚਾਹ ਪੂਰਾ ਨੀ ਹੋਇਆ, ਜਿਲ੍ਹਾ ਸਿੱਟ ਕੇ ਨਸ਼ੇ ਵੀ ਲਾ ਕੇ ਤੂੰ ਦੇਖ ਲਿਆ, 8 ਵੀ ਉਹਨਾਂ ਨੌਜਵਾਨ ਤੇ ਹਜ਼ਰ ਢਾ ਰਿਹਾ, ਭਾਨੇ ਵਾਲੀ ਗੱਲ ਨੂੰ ਵੀ ਦੇਖ ਲਿਆ, ਮੂਸੇ ਵਾਲਾ ਮਸਲਾ ਵੀ ਤੁਸੀਂ ਬੱਚੀ ਰੋੜਤਾ, ਉਹਨੇ ਕਤਲ ਦੇ ਸਿੱਧੇ ਰੂਪ ਤੁਸੀਂ ਜ਼ਿੰਮੇਵਾਰ ਹੋ, ਉਦੋਂ ਵੀ ਲੋਕ ਨਹੀਂ ਉੱਠ ਖੜਦੇ ਚੰਗੇ ਰਹਿੰਦੇ, ਪਰ ਲੋਕ ਚੁੱਪ ਰਹੇ। ਸੋ ਮੇਰਾ ਵੀਰ ਇੱਕ ਦਾ ਧਿਆਨ ਨਾਲ ਸਾਰੇ ਗੱਲਾਂ ਸੁਣ ਲਓ ਕਿ ਆਪਾਂ ਹਰ ਹਾਲਤ ਦੇ ਵਿੱਚ 3 ਤਰੀਕ ਨੂੰ ਆ ਸੁਣਿਓ ਚੋਂ ਅਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ,
ਇਹ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉੱਥੇ ਲੋਕ ਸਭਾ ਚ ਬੋਲਦੇ ਰਹੇ ਟਰੈਵਲ ਏਜੰਟਾਂ ਦੇ ਖਿਲਾਫ, ਉਹ ਜਨਾਬ ਤੁਸੀਂ ਤਾਂ ਬਹੁਤ ਕੁਛ ਬੋਲਿਆ, ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ, ਤੁਸੀਂ ਆ ਬੋਰਡਾਂ ਦੀਆਂ ਫੋਟੋਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ, ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ, VIP ਕਲਚਰ ਦੇ ਖਿਲਾਫ ਵੀ ਬਹੁਤ ਕੁਛ ਬੋਲਿਓ, ਪਰ ਗੱਲ ਪੂਰੀ ਕਿਹੜੀ ਕੀਤੀ ਇਹ ਦੱਸ ਦਿਓ। ਮੈਨੂੰ ਹੁਣ ਤੱਕ ਦੱਸ ਦਿਓ 14,000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਦੇ ਏਜੰਟਾਂ ਦੀ, ਤੇ ਲਾਇਸੈਂਸ ਏਜੰਟ ਨੂੰ ਸਰਕਾਰ ਦਿੰਦੀ ਆ ਸੂਬਾ ਸਰਕਾਰਾਂ, ਇਹ ਜਿੰਨੇ ਤੁਹਾਡੇ ਹਜ਼ਾਰਾਂ ਏਜੰਟ ਬੈਠੇ ਨੇ ਲੱਖਾਂ ਪੰਜਾਬ ਚ, ਇਹ ਲਾਇਸੈਂਸ ਸਾਰਿਆਂ ਕੋਲੇ ਸਾਰੇ ਤੁਸੀਂ ਜਾਰੀ ਕੀਤੇ ਆ, ਜਿਹੜੀ ਕੁੜੀ ਨੇ ਪਰਚਾ ਕਰਾਇਆ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ, ਬਿਲਕੁਲ ਜਿਹਨੇ ਮੋਹਾਲੀ ਵਾਲਾ ਪਰਚਾ ਕਰਾਇਆ ਬਈ ਉਹਤੇ ਪਹਿਲਾਂ ਪਰਚਾ ਹੋਇਆ ਹੋਇਆ, ਨਾਲੇ ਪਰਚੇ ਹੈ ਉਹ ਸ਼ਰਿਆਂ ਫਿਰਦੇ ਹੈ, ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਹੈ, ਕਾਨੂੰਨ ਤੋਂ ਉੱਤੇ ਨਹੀਂ ਕੋਈ ਹੋ ਗਿਆ, ਇਹ ਕਿਹੜਾ ਕਾਨੂੰਨ ਹੈ ਜਨਾਬ ਕਿ ਆਪਾਂ 389B ਲਾ ਦੇ ਭਾਨੇ ਤੇ ਇੱਕ ਚੈਨੀ ਖੋਣ ਲੱਗ ਗਿਆ, ਇਹ ਕਾਨੂੰਨ ਹੈ, ਭਾਨਾ 10,000 ਮੰਗਦਾ ਕਾਨੂੰਨ ਹੈ, ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਰਿਮਾਂਡ ਨਹੀਂ ਮੁਕਦਾ ਪਹਿਲਾਂ ਪਰਚਾ, ਰਿਮਾਂਡ ਨਹੀਂ ਮੁਕਦਾ ਪਹਿਲਾਂ ਪਰਚਾ, ਆ ਬੈਠਾ ਵਿਚਾਰਾ ਘਰੇ ਬੈਠਾ, ਕਿਸੇ ਏਜੰਟ ਨੂੰ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ, ਇਹ ਕਾਨੂੰਨ ਹੈ ਕਿ ਚੱਕ ਕੇ ਬਰਾਬਰ ਪਰਚਾ ਦੇ ਦਿਓ ਭਾਨੇ ਦੇ ਭਰਾ ਤੇ ਅਮਲੇ ਤੇ, ਇਹ ਕਾਨੂੰਨ ਹੈ, ਇਹ ਕਾਨੂੰਨ ਹੈ ਕਿ ਅੱਜ ਉਹ ਜਿਹੜੀ ਬੀਬੀ ਬੋਲੀ, ਉਹ ਜਿਹੜੀ ਮੁੰਡਾ ਧੂਰੀ ਤੋਂ MLA ਰਿਹਾ ਗੋਲਡੀ ਧੂਰੀ ਵਾਲਾ ਮੁੰਡਾ MLA, ਉਹਦੇ ਘਰੋਂ ਬੋਲੀ ਅੱਜ ਕੁੜੀ, ਉਹ ਕੀ ਖੰਗੂੜਾ ਕਹਿ ਦਿੰਦਾ ਨੂੰ ਪਤਾ ਨੀ ਪੂਰਾ ਸਿਮਰਤ ਖੰਗੂੜਾ, ਸਿਮਰਤ ਖੰਗੂੜਾ ਬੋਲੀ ਕੁੜੀ ਵੀ ਇਹ ਜ਼ਬਰ ਕਰ ਰਿਹਾ, ਢਾਣ ਕਰ ਰਿਹਾ ਲੋਕਤੰਤਰ ਦਾ ਜੀ, ਲੋਕਾਂ ਦੀ ਆਵਾਜ਼ ਦੱਬ ਰਿਹਾ, ਅੱਜ ਹੀ ਹੱਥ ਨੇ ਗੋਲਡੀ ਧੂਰੀ ਵਾਲੇ ਦੇ ਘਰੇ ਵਿਜੀਲੈਂਸ ਦਾ ਸੰਮਣ ਆ ਗਿਆ ਵੀ ਆਇਆ ਤੜਕੇ ਆ ਜਾ ਵੀ ਪੇਸ਼ ਹੋ ਜਾ, ਇਹ ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ਤੱਕਾ, ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ ਚ ਭਾਨੇ ਦੇ ਹੱਕ ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਇਹ ਦੱਬਣ ਦੀ ਕੋਸ਼ਿਸ਼ ਕਰਦਾ, ਜਿਹੜਾ ਬੰਦਾ ਬੋਲਦਾ ਨਾਲ ਦੀ ਨਾਲ ਉਹਦਾ ਸੰਮਣ ਉਹਦਾ ਸੰਮਣ, ਇਹ ਕਹਿੰਦੇ ਸਾਨੂੰ ਜੀ ਉੱਥੇ ਲੁੱਟ ਲਿਆ, ਸਾਡੀ ਮੇਅਰ ਦੀ ਕੁਰਸੀ ਖੋ ਕੇ ਲੈ ਗਈ, ਬੀਜੇਪੀ ਲੁੱਟ ਕੇ ਲੈ ਗਈ, ਅਸੀਂ ਸੁਪਰੀਮ ਕੋਰਟ ਜਾਵਾਂਗੇ, ਲੋਕਤੰਤਰ ਦਾ ਘਾਣ ਹੋ ਗਿਆ, ED ਸਾਡੇ ਇਹਨੂੰ ਫੜਨ ਨੂੰ ਪਰੇ ਕੇਜਰੀਵਾਲ ਨੂੰ, ਤੁਹਾਡੇ ਵਾਰੀ ਘਾਣ ਹੁੰਦਾ ਜਨਾਬ, ਆਹ ਘਾਣ ਨੀ ਯਾਰ, ਆਹ ਬੈਠੀ ਆ ਬਿਰਧ ਵਿਚਾਰੀ, ਆਹ ਬੈਠੇ ਸਾਡੇ ਦੀ ਦਾਦੀ ਰੋਜ਼ ਰੋਂਦੀ ਦੀ ਅੱਖਾਂ ਸੁੱਜੀਆਂ ਪੰਗਿਆਂ, ਇਹ ਘਾਣ ਨੀ, ਇਹ ਕਿਸੇ ਮਾਂ ਦਾ ਇਹਦਾ ਪੁੱਤ ਨੀ ਹੈਗਾ, ਇਹਦਾ ਖੂਨ ਨੀ, ਤੁਸੀਂ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਏਜੰਟਾਂ ਦੇ ਫਸਾਦ ਦੇ ਖਲਾਲਾ ਕਰਦੇ, 10 ਮਾਨ ਸਾਹਿਬ 10 ਪੰਸਿਆਂ ਇੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੀ ਸਰਕਾਰ ਦੇ ਕੱਢ ਕੇ ਦੇ ਰਿਕਾਰਡ, ਤੈਨੂੰ 2 ਸਾਲ ਹੋ ਗਏ ਇੰਨੀਆਂ ਠੱਗੀਆਂ ਵੱਜੀਆਂ ਤੇਰੇ 2 ਸਾਲਾਂ ਚ, ਅਸ਼ਰਿਆ ਬਿਨਾਂ ਸਾਲ ਕੰਮ ਚੱਲਦਾ, 10 ਇੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੇ ਉੱਤੇ ਕੱਢ ਕੇ ਦੇ ਕਾਨੂੰਨ ਰਿਕਾਰਡ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ, 10 ਜੀ ਕੋਈ ਦਿੱਤਾ ਪਰਚਾ, ਇਸ ਕਰਕੇ ਇਹ ਗੱਪ ਰੋੜ ਨੇ ਬੰਦ ਕਰ, ਗੁਮਰਾਹ ਕਰਨਾ ਲੋਕਾਂ ਨੂੰ ਬੰਦ ਕਰ ਦੇ, ਚੁਟਕਲੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਇਹ ਬੰਦ ਕਰ ਦੇ, ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਦੇਈ ਜਾਂਦਾ ਉਂਗਲਾ ਚੱਟੀ ਜਾਂਦੇ ਆ, ਇਹ ਸਮਝ ਕੇ ਦਿੰਦੇ ਚੱਲਦਾ ਹੁਣ ਲੋਕ, ਬਹੁਤ ਹੋ ਗਿਆ ਕੁਛ ਕਰਨਾ ਚਾਹੁੰਦਾ ਅੱਜ ਵੀ ਕਹਿੰਦੇ ਆ।
ਪੰਜਾਬ ਦੀ ਕਰ ਪਏ ਆ 3 ਸਾਲ ਤੇਰੇ ਕੋਲ ਨਹੀਂ ਇਹ ਲੋਕ ਹੈ ਬਹੁਤ ਵੱਡੀ ਤਾਕਤ ਜਬਰ ਨਾਲ ਲੋਕ ਦਵਾਈ ਨਹੀਂ ਦਬਦੇ ਹੁੰਦੇ ਇਹ ਬੜਾ ਵੱਡਾ ਭਲੇਖਾ ਪਾਲੀ ਬੈਠੇ ਤੇਰਾ ਸਲਾਹਕਾਰ ਪਤਾ ਨੀ ਕਿਹੜਾ ਜਿਹੜਾ ਹੈਗੀਆਂ ਸਲਾਹ ਦਿੰਦਾ ਚੱਕ ਕੇ ਇਹਨੂੰ ਵੀ ਬੰਦ ਆਹ ਬੋਲਿਆ ਇਹਨੂੰ ਵੀ ਬੰਦ ਕਰ ਦਿਓ ਆਹ ਬੋਲਿਆ ਇਹਨੂੰ ਵੀ ਬੰਦ ਕਰ ਦਿਓ ਸੋ ਇਸ ਕਰਕੇ ਬਈ ਤਿਆਰੀ ਫੁੱਲ ਰੱਖਣੀਆਂ ਨੌਜਵਾਨੋ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ 3000 ਜ਼ੋਰ ਲਾਉਣਾ ਅੱਡੀ ਚੋਟੀ ਦਾ ਵੀ ਉਕਸਾ ਕੇ ਭੜਕਾ ਕੇ ਕਿਸੇ ਬਹਾਨੇ ਕੁੱਟ ਗਏ ਜਬਰ ਕਰ ਗਏ ਜੇਲਾਂ ਸਿੱਟ ਗਏ ਸਿੱਟ ਲਾ ਪਰ ਇਹਨੂੰ ਇਹ ਨੀ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਕਿ ਕੋਈ ਗੱਲ ਨੀ ਆਓ ਜਿਹਨੇ ਮਾਰਨਾ ਡੰਗ ਅਸੀਂ ਖਾਣ ਪਿਆ ਆਓ ਜਿਹਨੇ ਚਲਾਉਣਾ ਜੋ ਕਰਨਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਵਾੜ ਸਕਦੇ ਆ ਫਿੱਟ ਕਰ ਸਕਦੇ ਕੋਈ ਨਾ ਕੋਈ ਕਹਾਣੀ ਹੁਣ ਇਹ ਪੂਰਾ ਵਰਤਾਤ ਆਪਣੇ ਮੀਡੀਆ ਛੱਡਣਗੇ ਪੂਰਾ ਆਪਣੇ ਇਹਨਾਂ ਨੇ ITC ਨੂੰ ਪੂਰਾ ਸਰਗਰਮ ਕਰਤਾ ਆਪਣਾ ਮੀਡੀਆ ਸਰਗਰਮ ਕਰਤਾ ਖਰੀਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਭਾਣੇ ਦੀਆਂ ਪੁਰਾਣੀਆਂ ਵੀਡੀਓ 5-7 ਸਾਲ ਵਾਲੀਆਂ ਇਹ ਜੀ ਐਂ ਬੋਲਦਾ ਰਿਹਾ ਗੋਲਾਂ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡਿਊਸਰ ਵਰਗਿਆਂ ਨਾਲ ਉਦੋਂ ਸਾਰਿਆਂ ਨੂੰ ਪਤਾ ਹੁਣ ਭਾਣਾ ਕੀ ਕਰਦਾ ਰਿਹਾ ਗੱਲ ਇਹ ਤੇ ਆ ਪਰ ਇਹ ਲਗਾਤਾਰ ਇੱਕ ਵਰਤਾਂਤ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਨੇ ਦੇ ਹੱਕ ਚ ਕੋਈ ਆਵੇ ਨਾ ਖੜੇ ਨਾ ਮੈਂ ਫਿਰ ਕਹਿੰਦਾ ਪੰਜਾਬ ਦੇ ਲੋਕੋ ਮਸਲਾ ਭਾਨਾ ਨਹੀਂ ਹੈ ਮਸਲਾ ਜਬਰ ਦੇ ਖਿਲਾਫ ਲੜਾਉਂਦਾ ਤੇ ਜਬਰ ਕਿਸੇ ਦੀ ਵੀ ਵਾਰੀ ਆਊਗੀ ਜਬਰ ਕਿਸੇ ਦੇ ਵੀ ਢਾਉਣਗੇ ਇਹ ਜਲਮ ਕਿਸੇ ਦੇ ਵੀ ਕਰਨਗੇ ਬਹੁਤ ਕੋਸ਼ਿਸ਼ਾਂ ਪੂਰਾ ਜ਼ੋਰ ਲਾ ਰੱਖਿਆ ਇਹਨਾਂ ਨੇ ਵੀ ਕਿਹੜਾ ਮਾਹੌਲ ਬਣਾ ਦੇ ਕੋਈ ਗੱਲ ਨੀ ਜਿੱਥੇ ਕਿਤੇ ਵੀ ਸਾਨੂੰ ਘੇਰਦੇ ਆ ਮੌਕੇ ਦੇ ਉੱਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਦੇ ਨਾਲ ਦੀ ਨਾਲ ਇੱਕ ਅਫਵਾਹ ਹੋਰ ਬੁਲਾਉਣਗੇ ਉਹ ਨਿਬੜ ਗਿਆ ਜੀ ਨਿਬੜ ਗਿਆ ਜੀ ਨਾ ਅਫਵਾਹ ਚ ਨਾ ਆ ਜਾਓ ਨਿਬੜ ਨੁਬੜਨਾ ਹੈ ਅੱਜ ਹੀ ਮੈਨੂੰ 4-5 ਮੁੰਡਿਆਂ ਦੇ ਫੋਨ ਆਏ ਕਹਿੰਦੇ ਭਾਈ ਨਿਬੜ ਗਿਆ ਮੈਂ ਕੋਈ ਨਿਬੜਿਆ ਨੀ ਜਿੰਨਾ ਜੇ ਸਾਡੇ ਮੂੰਹ ਚੋਂ ਗੱਲ ਨੀ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨੀ ਕਰਨਾ ਵੀ ਨਿਬੜ ਗਿਆ ਇਹ ਅਫਵਾਹ ਛੱਡ ਕੇ ਕੁਛ ਕਰਨਗੇ ਪਿੰਡਾਂ ਦੇ ਵਿੱਚ ਕੋਈ ਆਇਆ ਨੀ ਕਹਿੰਦੇ ਬੰਦੇ ਬਾਅਦ ਗਰੁੱਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਜਿਹੜਾ ਨਿਬੜ ਗਿਆ ਜੀ ਮਾਹੌਲ ਤਾਂ ਉਹਦਾ ਉੱਤੇ ਹੋਣੇ ਵੀ ਕੋਈ ਕੱਖ ਨੀ ਹੋਣਾ ਜਾਂ ਪਤਾ ਕੀ ਕਰਦੇ ਆ ਉਦੇ ਵੀ ਕਹਿੰਦੇ ਦੱਤੀ ਵਾਲੇ ਦਿਨ ਬਹੁਤ ਮੁੰਡੇ ਨੂੰ ਫੋਨ ਕੀਤੇ ਆ ਮੂਲਕ ਵਾਲਾ ਸੱਚੋ ਉਹਦੇ ਬਾਗੇ ਆਪਣੇ ਮੁੰਡਾ ਖੰਡ 15 ਦੁਆਰੇ ਉਹਦੇ ਲੜੇ ਕੋਲ ਮੁੰਡੇ ਸੀ ਲੱਗੇ ਉਹਨੂੰ ਕਹਿੰਦਾ ਉਹ ਤਾਂ ਕੋਈ ਜਾਂਦੇ ਨੀ ਤੂੰ ਹੀ ਤੁਰਿਆ ਫਿਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ ਵਟਸਐਪ ਗਰੁੱਪਾਂ 'ਚ ਪਾਉਣਗੇ ਫੋਨ ਕਰਨਗੇ ਵੀ ਉਸ ਤਰ੍ਹਾਂ ਇਕੱਠ ਨੀ ਹੁੰਦਾ ਜੀ ਰਾਜੀਨਾਮਾ ਹੋਊਗਾ ਜੀ ਨਿਬੜ ਗਿਆ ਜੀ ਉਹਦਾ ਵਾਪਸ ਲੈ ਲਿਆ ਜਿਹਨਾਂ ਨੇ ਨਾ ਜਿੰਨਾ ਚਿਰ ਸਾਡੇ ਮੂੰਹ ਦੇ ਵਿੱਚੋਂ ਮੈਂ ਵਾਰ ਵਾਰ ਗੱਲ ਕਹਿੰਦਾ ਐ ਬੈਠ ਕੇ ਤੁਸੀਂ ਗੱਲ ਨਹੀਂ ਸੁਣਦੇ ਓਨਾ ਚਿਰ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ 3 ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸੰਗਰੂਰ ਬੀਰਕਾ ਦੇ ਪਲਾਂਟ ਦੇ ਨੇੜੇ ਆ ਡ੍ਰੀਮਲੈਂਡ ਭਰ ਲਿਓ ਆਪਣਾ ਆਪਣੇ ਮੋਬਾਈਲਾਂ ਦੇ ਉੱਤੇ ਡ੍ਰੀਮਲੈਂਡ ਕਲੋਨੀ ਪਟਿਆਲਾ ਬਾਈਪਾਸ ਦੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਹਰ ਹਾਲ ਚ ਉੱਥੇ ਪਹੁੰਚਣਾ ਕੋਈ ਗੱਲ ਨੀ ਜੇ ਇਹ ਸਾਡੇ ਤੇ ਜਬਰ ਢਾਊਗਾ ਤੇ ਇਹਦਾ ਜਬਰ ਇਹਦੇ ਤਾਬੂਤ ਚ ਇੱਕ ਟੋਪੀ ਵਾਲਾ ਕਿੱਲ ਹੋਊਗਾ ਹੰਕਾਰ ਨੂੰ ਹਮੇਸ਼ਾ ਮਾਰ ਹੁੰਦੀ ਹੈ ਕੋਈ ਗੱਲ ਨਹੀਂ ਜਬਰ ਦਾ ਸਾਹਮਣਾ ਕਰਨ ਨੂੰ ਤਿਆਰ ਮਾਰ ਡਾਂਗਾ ਚਲਾ ਗੁਣਗਾ ਜੋ ਤੇਰੀ ਭੁੱਖ ਰਹਿੰਦੀ ਹੈ ਮਟਾ ਲਾ ਛੱਡੀ ਨਾ ਕਸਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਵਾਰ ਵਾਰ ਨਹੀਂ ਉਹਨੇ ਤੁਹਾਨੂੰ ਦੱਸ ਦੇਣਾ
ਜੇ ਪਹਿਲਾਂ ਰਹਿੰਦੇ ਵੀ ਸਮੇਂ ਸੀ ਉੱਠ ਖੜਦੇ ਨਾ ਜੋ ਉਦੋਂ ਡਰ ਕੇ ਘਰਾਂ ਚ ਵੜ ਗਏ ਸੀਗੇ ਦਹਿਸ਼ਤ ਫੈਲਾਤੀ ਸੀ ਆਹ ਦਿਨ ਨੀ ਸੀ ਆਉਣੇ ਤੇ ਹੁਣ ਵੀ ਅਸੀਂ ਵੜ ਗਏ ਤਾਂ ਸਮਝ ਲਓ ਆਉਣ ਵਾਲੇ ਸਮੇਂ ਸਭ ਨੂੰ ਲਪੇਟੀ ਤੁਰੇ ਆਉਣਗੇ ਇੱਕ ਬੰਦਾ ਵੀ ਕੋਈ ਟਿੱਪਣੀ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਅੱਜ ਗਰੀਬ ਥਲੀ ਦਾ ਅੱਜ ਕੈਮਰੇਮੈਨ ਦਾ ਕੈਮਰਾ ਖੋਇਆ ਗਿਆ ਭੰਨਿਆ ਗਿਆ ਇੱਕ ਮੁੰਡਾ ਹਰੀਸ਼ ਸੀਗਾ ਕੋਈ ਉਹ ਸਟੇਟ ਟੀਵੀ ਵਾਲਾ ਕੋਈ ਦਸ ਸਟੇਟ ਪਤਾ ਨੀ ਚੈਨਲ ਦਾ ਨਾਂ ਇਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਮਾਰੇ ਗਏ ਅੱਜ ਕਸਰ ਕੋਈ ਨੀ ਛੱਡ ਰਹੇ ਅਜੇ ਪਰ ਇਹਨਾਂ ਨੇ ਬਹੁਤ ਚਾਲਾਂ ਚੱਲਣੀਆਂ ਨੇ ਹਰ ਚਾਲ ਦਾ ਆਪਾਂ ਸਬਰ ਨਾਲ ਮੂੰਹ ਤੋੜ ਜਵਾਬ ਦੇਣਾ ਕੋਈ ਹੋਰ ਗੱਲ ਦੱਸੋ ਬਈ ਕਹਿਣ ਵਾਲੀ ਤਾਂ ਹਾਂਜੀ ਬਾਈ ਸੀ ਵੀ ਜਿਹੜਾ ਦੇ ਹੱਕ ਚ ਬੋਲਦਾ ਉਹਦੇ ਨਾਲ ਧੱਕਾ ਹੋ ਰਿਹਾ ਇੱਕ ਵੀ ਉਹਦੇ ਪਿੰਡਾਂ ਚ ਵੀ ਘੇਰੇ ਜਾ ਸਕਦੇ ਉਹ ਸਾਰਾ ਪਹਿਲੀ ਮਨੋਬਲ ਥੋੜਾ ਸਹੀ ਹੋਵੇ ਨਾ ਮਨੋਬਲ ਪੂਰਾ ਮਜ਼ਬੂਤ ਰੱਖਣਾ ਮਜ਼ਬੂਤ ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰੂਆਂ ਨੂੰ ਚੇਤੇ ਕਰ ਲਓ ਕਿ ਅਸੀਂ ਜਦੋਂ ਵੀ ਜਬਰ ਦਾ ਟਾਕਰਾ ਕੀਤਾ ਗੋਡੇ ਨੀ ਟੇਕੇ ਇੱਕ ਵਾਰੀ ਇਤਿਹਾਸ ਪੜੋਗੇ ਤੁਹਾਨੂੰ ਸਮਝ ਲੱਗ ਜਾਣੀ ਸਾਰੀ ਤੇ ਚੇਤੇ ਕਰ ਲਓ ਕਿਵੇਂ ਸਾਡੇ ਸਾਹਿਬਜ਼ਾਦਿਆਂ ਨੂੰ ਕਿਵੇਂ ਸਾਡੇ ਗੁਰੂਆਂ ਨੂੰ ਕੀ ਕੁਛ ਹੋਇਆ ਸੀ ਦਿੱਤੇ ਗਏ ਕੀ ਕੁਛ ਹੋਇਆ ਪਰ ਉਹਨਾਂ ਨੇ ਮੁਕਾਬਲਾ ਕੀਤਾ ਹੀ ਡਟ ਕੇ ਜਬਰ ਐਵੇਂ ਨਾ ਉਹ ਕਰਿਆ ਕਰੋ ਆ ਜਾਓ 3 ਤਰੀਕ ਨੂੰ 10 ਵਜੇ ਭਗਵੰਤ ਮਾਨ ਦੇ ਘਰ ਦੇ ਅੱਗੇ ਸੰਗਰੂਰ ਮੇਰਕਾ ਮਿਲਕ ਪਲਾਂਟ ਦੇ ਕੋਲੇ ਡ੍ਰੀਮਲੈਂਡ ਕਲੋਨੀ 10 ਵਜੇ ਮਿਲਦੇ ਜੀ ਉਹਦੇ ਤਕੜੇ ਰਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ।